ਪਹਿਲੇ ਸੈਗਮੈਂਟ ਵਿੱਚ ਅਸੀਂ ਗੱਲ ਕੀਤੀ ਸੀ ਉਹਨਾਂ ਦੀ ਆਰਗੇਨਾਈਜੇਸ਼ਨ ਸਿੱਖਸ ਇਨ ਅਮੈਰੀਕਾ ਦੇ ਬਾਰੇ ਦੇ ਵਿੱਚ। ਹੁਣ ਜਿਹੜੀ ਉਹਨਾਂ ਦੀ ਇੱਕ ਹੋਰ ਆਰਗੇਨਾਈਜੇਸ਼ਨ ਆ ਸਾਰਾਗੜੀ ਫਾਊਂਡੇਸ਼ਨ। ਸੋ ਡਾਕਟਰ ਸਾਹਿਬ ਇੱਕ ਵਾਰ ਫਿਰ ਨਿੱਘਾ ਸਵਾਗਤ ਤੁਹਾਡਾ ਜੀ। ਠੀਕ। ਅਤੇ ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਜਰਾ ਜਿਹੜੀ ਤੁਹਾਡੀ ਸਾਰਾਗੜੀ ਫਾਊਂਡੇਸ਼ਨ ਆ ਉਹਦੇ ਅਸਟੈਬਲਿਸ਼ਮੈਂਟ ਦਾ ਪਰਪਜ਼ ਕੀ ਸੀਗਾ, ਕਿਉਂ ਉਹ ਬਣਾਈ ਆ, ਪਿਛਲਾ ਰੀਜ਼ਨ ਕੀ ਆ ਅਤੇ ਉਹਦੀਆਂ ਅਚੀਵਮੈਂਟ ਦੇ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਦਿਓ। ਠੀਕ ਹੈ ਜੀ। ਸਾਰਾਗੜੀ ਦੀ ਪਹਿਲੇ ਮੈਂ ਪਿਛੋਕੜ ਦੱਸਾਂਗਾ ਵੀ ਸਾਰਾਗੜੀ ਨਾਮ ਕੀ ਹੈਗਾ ਜੀ। ਇੱਕ ਦੁਨੀਆ ਦੀ ਵਰਲਡ ਫੇਮਸ ਬੈਟਲ ਹੋਈ ਸੀ ਯੂਨੈਸਕੋ ਵੱਲੋਂ ਵੀ ਉਹਨੂੰ 8 ਲੜਾਈਆਂ 'ਚ ਸ਼ਾਮਿਲ ਕੀਤਾ ਗਿਆ, ਵਰਲਡ ਹਿਸਟਰੀ 'ਚ ਗੋਲਡਨ ਲੈਟਰਸ ਨਾਲ ਲਿਖੀ ਗਈ ਹੈ ਜੀ। ਉਸ ਦਾ ਪੂਰਾ ਨਾਮ ਹੈ ਸਾਰਾਗੜੀ ਬੈਟਲ, ਸਾਰਾਗੜੀ ਦਾ ਯੁੱਧ ਜੀ, ਜਿਹੜਾ ਕਿ ਅੱਜ ਤੋਂ 127 ਸਾਲ ਪਹਿਲੇ 12 ਸਤੰਬਰ ਐਤਵਾਰ ਵਾਲੇ ਦਿਨ 1897 ਨੂੰ ਸਮਾਨਾ ਰੇਂਜ ਦੀਆਂ ਪਹਾੜੀਆਂ ਅੱਜ ਕੱਲ੍ਹ ਮੌਜੂਦਾ ਸਮੇਂ ਇੰਡੋ ਪਾਕ ਬਾਰਡਰ ਦੀ ਬਿਲਕੁਲ ਟੋਪ ਦੀ ਚੋਟੀ ਦੇ ਉੱਪਰ ਹੈ ਜੀ। ਇਹ ਸਮਾਨਾ ਰਿਜ ਇੱਕ ਪਹਾੜੀ ਹੈ ਜੋ ਕਿ 8 ਮੀਲ ਲੰਬੀ ਚੱਲਦੀ ਹੈ। ਉਸ ਦੇ ਉੱਪਰ ਉੱਥੇ 2 ਕਿਲੇ ਸਨ ਜੀ। ਇਹ ਕਿਲਾ ਜਿਹੜਾ, ਇਹ ਜਿਹੜੇ ਕਿਲੇ 1891 ਵਿੱਚ ਬਣਾਏ ਗਏ ਸਨ, ਮਹਾਰਾਜਾ ਰਣਜੀਤ ਸਿੰਘ ਵੇਲੇ ਨਹੀਂ ਸਨ, ਇਹ ਬਾਅਦ 'ਚ ਬਣੇ। ਇਹ ਸਾਰਾ ਏਰੀਆ ਜਿਹੜਾ ਹੈਗਾ ਇਹ ਤਕਰੀਬਨ ਇਹਨੂੰ ਔਰਕਜਾਈ ਅਫਰੀਦੀ ਤੇਰਾ ਏਰੀਆ ਵਾ ਅਤੇ ਇਹ ਔਰਕਜਾਈਆਂ ਦੇ ਕਬਜ਼ੇ ਹੇਠ ਸੀ। ਅੱਜ ਵੀ ਉੱਥੇ ਔਰਕਜਾਈਆਂ ਦਾ ਉੱਥੇ ਏਜੰਸੀ ਵਗੈਰਾ ਸਭ ਕੁਛ ਹੈਗਾ। ਅਤੇ ਉਸ ਜਗ੍ਹਾ 'ਤੇ ਇਹ ਬੈਟਲ ਹੋਈ ਸੀ। ਜਿਹੜਾ ਸਿਲਕ ਰੂਟ ਚੱਲਦਾ ਹੈ, ਸਿਲਕ ਰੂਟ ਉਸ ਸਮੇਂ ਜਿਸ ਤਰ੍ਹਾਂ ਵਰਲਡ ਦੇ ਵਿੱਚ ਕੋਲਡ ਵਾਰ ਚੱਲੀ ਸੀ ਅਮੈਰੀਕਾ ਅਤੇ ਰਸ਼ੀਆ ਦੇ ਦਰਮਿਆਨ, ਉਸ ਸਮੇਂ ਇੱਕ ਗ੍ਰੇਟ ਗੇਮ ਚੱਲੀ ਸੀ। ਉਹ ਗ੍ਰੇਟ ਗੇਮ ਸੀ ਰਸ਼ੀਆ ਅਤੇ ਬ੍ਰਿਟੇਨ ਦੇ ਦਰਮਿਆਨ ਵੀ ਵੱਧ ਤੋਂ ਵੱਧ ਏਰੀਏ ਨੂੰ ਆਪਣੇ ਕੰਟਰੋਲ 'ਚ ਕਰਨਾ, ਬਸਤੀਵਾਦ ਪੈਦਾ ਕਰਕੇ ਕਬਜ਼ਾ ਕਰਨਾ ਜੀ। ਅਤੇ ਸਿਲਕ ਰੂਟ ਦੇ ਨਾਲ ਚੱਲਦੇ ਹੋਏ ਰਸ਼ੀਆ ਚਾਹੁੰਦਾ ਸੀ ਵੀ ਇਸ ਰੂਟ ਨੂੰ ਕੰਟਰੋਲ ਕਰ ਲਏ ਦਰਾ ਖੈਬਰ ਦੇ ਨਾਲ ਜਿਹੜਾ ਹੈਗਾ, ਤਾਂ ਜੋ ਇਹ ਏਸ਼ੀਆ, ਸੈਂਟਰਲ ਏਸ਼ੀਆ ਅਤੇ ਯੂਰਪ ਦਾ ਜਿਹੜਾ ਵਪਾਰ ਦਾ ਸਾਰਾ ਕੰਟਰੋਲ ਉਹ ਅਤੇ ਉਹ ਟੈਕਸ ਲਾ ਦੇ ਜੀ। ਬ੍ਰਿਟੇਨ ਨੂੰ ਇਹ ਪਤਾ ਲੱਗ ਗਿਆ ਸੀ, ਇਹਨਾਂ ਨੇ ਉੱਥੇ ਕਿਲੇ ਬਣਾਉਣੇ ਸ਼ੁਰੂ ਕੀਤੇ। 1891 'ਚ 2 ਵੱਡੇ ਕਿਲੇ ਬਣਾਏ, 5 ਪੋਸਟਾਂ ਬਣਾਈਆਂ, ਟੋਟਲ 9 ਪੋਸਟਾਂ ਸਨ, 11 ਪੋਸਟਾਂ ਸਨ, ਬਾਕੀ ਪੁਲਿਸ ਦੀਆਂ ਚੌਂਕੀਆਂ ਸਨ ਜੀ, 5 ਪੋਸਟਾਂ ਇਹ ਸਨ। ਪਰ ਇਹ ਕਾਫੀ ਹਾਰਦੇ ਸੀ ਉੱਥੋਂ। ਫਿਰ ਇਹਨਾਂ ਨੇ ਦੇਖਿਆ ਕਿਉਂਕਿ ਖਾਲਸਾ ਰਾਜ ਦਰਮਿਆਨ ਇਹਨਾਂ ਨੂੰ ਪਤਾ ਸੀ ਐਂਗਲੋ ਸਿੱਖ ਵਾਰਾਂ 'ਚ ਵੀ ਸਿੱਖ ਹੀ ਬਹਾਦਰ ਕੌਮ ਹਨ ਜਿਨ੍ਹਾਂ ਨੇ ਹਰੀ ਸਿੰਘ ਨਲਵੇ ਦੀ ਅਗਵਾਈ ਹੇਠ ਇਸ ਕਬਾਇਲੀਆਂ ਨੂੰ ਕੰਟਰੋਲ ਕੀਤਾ ਜੀ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, 23 ਮਾਰਚ 1887 ਨੂੰ ਲੜਾਈ ਤੋਂ 10 ਸਾਲ ਪਹਿਲੇ ਜਲੰਧਰ ਦੇ ਵਿੱਚ ਇੱਕ ਰੈਜੀਮੈਂਟ ਬਣਾਈ, ਬਟਾਲੀਅਨ, ਜਿਸ ਦਾ ਨਾਮ ਸੀ 36 ਸਿੱਖ ਰੈਜੀਮੈਂਟ। ਉਸ ਨੂੰ ਇਸ ਜਗ੍ਹਾ 'ਤੇ ਉਹਨਾਂ ਨੇ ਰਿਕਰੂਟ ਕਰਨ ਤੋਂ ਬਾਅਦ ਟੋਟਲ 2527 ਦੇ ਕਰੀਬ ਸਿੱਖ ਛਪਾਈ ਲਏ ਗਏ ਸਨ, ਉਹਨਾਂ ਨੂੰ ਉੱਥੇ ਭੇਜ ਦਿੱਤਾ ਗਿਆ। ਇੱਕ ਜਿਹੜਾ ਉਹਨਾਂ ਦਾ ਸੱਜਾ ਪੱਖ ਇੱਥੇ ਸੀ, ਖੱਬਾ ਦੂਸਰੇ ਏਰੀਏ ਚਲਾ ਗਿਆ। ਉਹਨਾਂ ਨੇ 1 ਜਨਵਰੀ 1897 ਨੂੰ ਇਸ ਦਾ ਚਾਰਜ ਲੈ ਕੇ ਇੱਥੇ 2 ਕਿਲਿਆਂ 'ਚ ਅਤੇ 5 ਚੌਂਕੀਆਂ 'ਤੇ ਕੰਟਰੋਲ ਕਰ ਲਿਆ ਅਤੇ ਉੱਥੇ ਇਹਨਾਂ ਨੂੰ ਅਫਰੀ ਮੁਸਲਮਾਨਾਂ ਨੂੰ ਜਾਂ ਕਹਿ ਲਓ ਜਿਹੜੇ ਔਰਗਜਾਈ ਸਨ ਇਹਨਾਂ ਨੂੰ ਖਦੇੜਨਾ ਸ਼ੁਰੂ ਕਰ ਦਿੱਤਾ। ਇਹ ਸ਼ੁਰੂਆਤ ਸੀ। ਅਤੇ ਵੱਖ ਵੱਖ ਸਮੇਂ ਹਾਰਾਂ ਹੁੰਦੀਆਂ ਰਹੀਆਂ ਉਹਨਾਂ ਦੀਆਂ। ਫਿਰ ਉਹਨਾਂ ਨੇ ਸੋਚਿਆ ਵੀ ਸਾਡੀ ਹਾਰ ਦਾ ਮੁੱਖ ਕਾਰਨ ਸਾਰਾਗੜੀ ਦੀ ਪੋਸਟ ਹੈ। ਸਾਰਾਗੜੀ ਅਸਲ ਦੇ ਵਿੱਚ ਲੋਕਹਟ ਕਿਲੇ ਤੋਂ ਅੱਗੇ ਇੱਕ ਪਿੰਡ ਹੈ ਜਿਸ ਦਾ ਨਾਮ ਹੈ ਸਾਰਾਗੜ੍ਹ। ਉਸ ਸਾਰਾਗੜ੍ਹ ਪਿੰਡ ਤੋਂ ਲਾਸਟਗੜ੍ਹ ਤੋਂ ਉੱਪਰ ਟੋਪ ਦੀ ਪਹਾੜੀ 'ਤੇ ਇਹ ਕਿਲਾ ਬਣਾਇਆ ਗਿਆ। ਇਸ ਦਾ ਮਕਸਦ ਇਹ ਸੀ ਕਮਿਊਨੀਕੇਟ ਕਰਨਾ, ਕਿਉਂਕਿ ਗੁਲਿਸਤਾਨ ਕਿਲਾ ਨੀਵਾਂ ਸੀ ਲੈਵਲ 'ਤੇ, ਸੀ ਲੈਵਲ ਤੋਂ ਉਸ ਦੀ ਉਚਾਈ ਸੀ 62,000 ਫੁੱਟ ਅਤੇ ਲੋਕਹਟ ਕਿਲਾ ਸੀ 67,000 ਫੁੱਟ ਉੱਚਾ। ਉਹ ਇੱਕ ਦੂਜੇ ਨੂੰ ਵੇਖ ਨਹੀਂ ਸਕਦੇ ਸਨ। ਟੈਲੀਗ੍ਰਾਫ ਦੀ ਖੋਜ 1832 ਵਿੱਚ ਹੋ ਚੁੱਕੀ ਸੀ।
ਤੇ ਇਹ ਟੈਲੀਗ੍ਰਾਮ ਦੀ ਉਹਨਾਂ ਨੇ ਜਿਹੜੀਆਂ ਵਾਇਰਾਂ ਪਾਈਆਂ ਹੁੰਦੀਆਂ ਉਸ ਨੂੰ ਪਠਾਨ ਕੱਟ ਦਿੰਦੇ ਸੀ ਵੀ ਇੱਕ ਕਿਲੇ ਤੋਂ ਦੂਜੇ ਨੂੰ ਮੈਸੇਜ ਨਾ ਜਾਵੇ। ਫਿਰ ਉਹਨਾਂ ਨੇ ਇੱਕ ਹੀਲੀਓਗ੍ਰਾਫ ਸਿਸਟਮ ਹੈਗਾ ਸੀ, ਹੀਲੀਓਗ੍ਰਾਫ ਉਹਨੂੰ ਕਹਿੰਦੇ ਵੀ ਇੱਕ ਸ਼ੀਸ਼ੇ ਦਾ ਹੁੰਦਾ ਗਲਾਸ ਗੋਲ ਚੱਕਰ, ਉਹ 'ਚ ਚਾਂਦੀ ਦਾ ਵਰਕ ਲੱਗਾ ਹੁੰਦਾ ਅਤੇ ਸੂਰਜ ਦੀ ਰੋਸ਼ਨੀ ਦੇ ਨਾਲ ਮੋਰਿਸ ਕੋਡ ਦੇ ਇੱਕ ਕਿਲੇ ਤੋਂ ਦੂਸਰੀ ਜਗ੍ਹਾ ਭੇਜੇ ਜਾਂਦੇ ਜੀ। ਅਤੇ ਉਹ ਜਿੰਨੀ ਫਲੈਸ਼ਿਸ ਕਰਦੇ ਉਹ ਮੋਰਿਸ ਕੋਡ ਨੂੰ ਬ੍ਰੇਕ ਕਰਕੇ ਫਿਰ ਉੱਥੇ ਲਿਖੇ ਜਾਂਦੇ ਵੀ ਇਹ ਕਿਹੜਾ ਅੱਖਰ ਬਣਿਆ ਏ ਬੀ ਸੀ ਡੀ, ਉਹ ਤੋਂ ਇਹ ਮੈਸੇਜ ਬਣਦਾ ਸੀ ਜੀ। ਉਹ ਕੰਮ ਸੀ ਇੱਕ ਹੀ ਸਿੱਖਾਂ ਦੇ ਕੋਲ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਦੇ ਵਿੱਚ ਸਾਰਾਗੜੀ ਪੋਸਟ ਦੇ ਉੱਪਰ। ਅਤੇ ਜਦੋਂ ਲੋਕਹਟ 'ਤੇ ਕਿਲ੍ਹੇ 'ਤੇ ਹਮਲਾ ਹੁੰਦਾ ਸੀ ਅਤੇ ਸਾਰਾਗੜੀ ਪੋਸਟ ਇੱਥੋਂ ਵੇਖ ਕੇ ਗੁਲਿਸਤਾਨ ਕਿਲ੍ਹੇ ਨੂੰ ਕਹਿ ਦਿੰਦੇ ਸੀ ਉੱਥੇ ਹਮਲਾ ਆ, ਉੱਥੋਂ ਹੈਲਪ ਚਲ ਜਾਂਦੀ ਸੀ ਜੀ। ਜੇ ਗੁਲਿਸਤਾਨ 'ਤੇ ਹੁੰਦਾ ਸੀ ਉੱਧਰੋਂ ਇੱਧਰ ਹੈਲਪ ਆ ਜਾਂਦੀ ਸੀ ਜੀ। ਅਤੇ ਜੇ ਉਹ ਚੌਂਕੀ ਨਾ ਹੋਏ ਫਿਰ ਇਹਨਾਂ ਨੂੰ ਪਤਾ ਨਹੀਂ ਲੱਗਣਾ ਸੀ ਵੀ ਸਾਡੇ ਕਿਸੇ 'ਤੇ ਹਮਲਾ ਹੈ, ਕਿਉਂਕਿ ਦੋਨਾਂ ਦੀ ਦੂਰੀ ਜਿਹੜੀ ਸੀ ਉਹ ਤਕਰੀਬਨ 5 ਮੀਲ ਦੇ ਏਰੀਏ 'ਚ ਹੈਗੇ ਸੀ ਅਤੇ ਉੱਥੋਂ 1.5 ਮੀਲ ਉੱਧਰ ਅਤੇ 2.5 ਮੀਲ ਉੱਧਰ ਸੀ ਚੌਂਕੀ ਤੋਂ ਜੀ। ਫਿਰ ਇਹਨਾਂ ਨੇ ਪਿਸ਼ਾਵਰ ਦੇ ਵਿੱਚ ਇਹਨਾਂ ਦਾ ਇੱਕ ਜਿਗਰਾ ਬੈਠਾ ਜਿੱਦਾਂ ਅਸੀਂ ਪੰਚਾਇਤ ਕੇ ਪੰਚਾਇਤ, ਉਹ ਜਿਗਰੇ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਵੀ ਸਭ ਤੋਂ ਪਹਿਲਾਂ ਕੰਮ ਕੀਤਾ ਜਾਏ ਗੁਆਂਢੀ ਮੁਲਕ ਗੁਆਂਢੀ ਏਰੀਆ ਤਿਰਾਹਾ ਏਰੀਆ ਹੈ, ਉੱਥੇ ਵੀ ਸਿੱਖ ਬੜੇ ਵਸਦੇ ਸਨ ਪਹਿਲੇ, ਤਿਰਾ ਏਰੀਏ ਦੀ ਹੈਲਪ ਲਿੱਤੀ ਜਾਏ। ਟੋਟਲ 25,000 ਦੇ ਕਰੀਬ ਇੱਕ ਗਰੁੱਪ ਦੋਨੋਂ ਹੋ ਗਿਆ ਔਰੰਗਜ਼ੇਬ ਅਤੇ ਅਫਰੀਦੀ। ਫਿਰ ਉਹਨਾਂ ਨੇ ਕਿਹਾ ਵੀ ਸਭ ਤੋਂ ਪਹਿਲੇ ਸਾਰਾਗੜੀ ਪੋਸਟ ਨੂੰ ਖਤਮ ਕਰੋ, ਕਮਿਊਨੀਕੇਸ਼ਨ ਇਹਨਾਂ ਦੀ ਖਤਮ, ਤੋੜ ਦਿਓ, ਲਿੰਕ ਟੁੱਟੇਗਾ ਅਤੇ ਇੱਕ ਕਰਕੇ ਕਿਲ੍ਹੇ 'ਤੇ ਅਸੀਂ ਕੰਟਰੋਲ ਕਰ ਲਵਾਂਗੇ ਜੀ। ਗੁਲ ਬਾਦਸ਼ਾਹ ਦੀ ਅਗਵਾਈ ਵਿੱਚ ਇਹਨਾਂ ਨੇ ਉੱਪਰ ਚੜ੍ਹਨਾ ਸ਼ੁਰੂ ਕੀਤਾ। ਇਹਨਾਂ ਨੇ ਫਿਰ ਇੱਕ ਹੋਰ ਗੇਮ ਖੇਡੀ ਵੀ ਜੇ ਸਿਰਫ ਸਾਰਾਗੜੀ ਵੱਲ ਜਾਵਾਂਗੇ ਤਾਂ ਮਦਦ ਆ ਜਾਏਗੀ 2 ਕਿਲ੍ਹਿਆਂ ਤੋਂ। ਇਹਨਾਂ ਨੇ 8,000 ਦਾ ਇੱਕ ਪਹਿਲਾ ਗਰੁੱਪ ਲੈ ਕੇ ਸਾਰਾਗੜੀ ਅਤੇ ਲੋਕਹਟ ਜਿਹੜਾ ਕਿਲ੍ਹਾ ਉਹਦੇ ਵਿਚਕਾਰ ਇੱਕ ਬਫਰ ਬਣਾ ਦਿੱਤਾ ਵੀ ਜੇ ਇੱਥੋਂ ਲੋਕਹਟ ਤੋਂ ਇੱਥੋਂ ਹੈਲਪ ਆਏ ਤਾਂ ਤੁਸੀਂ ਇਹਨਾਂ ਨੂੰ ਰੋਕ ਦੇਣਾ। 7,000 ਦੇ ਗਰੁੱਪ ਨੂੰ ਗੁਲਿਸਤਾਨ ਅਤੇ ਸਾਰਾਗੜੀ ਪੋਸਟ ਦੇ ਵਿਚਕਾਰ ਕਰਕੇ ਅਤੇ 10,000 ਨੇ 3 ਪਾਸਿਆਂ ਤੋਂ ਚੜ੍ਹਾਈ ਚੜ੍ਹ ਕੇ ਉੱਤੇ ਹਮਲਾ ਕੀਤਾ। ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਹਾਡੀ ਸਾਡੇ ਨਾਲ ਕੋਈ ਲੜਾਈ ਨਹੀਂ, ਅਸੀਂ ਸਿੱਖਾਂ ਦੀ ਬਹਾਦਰੀ ਨੂੰ ਪਹਿਲੇ ਜਾਣ ਤੋਂ, ਮੈਂ ਕਿਤਾਬ 'ਚ ਸਾਰੀ ਡਿਟੇਲ ਲਿਖੀ ਹੋਈ ਹੈ ਜੀ, ਅਸੀਂ ਇਹਨੂੰ ਬਰੀਫਲੀ ਕਰੀਏ। ਸਟ੍ਰੇਟ 7 ਘੰਟੇ ਲੜਾਈ ਚੱਲੀ ਸੀ ਜੀ ਅਤੇ 21 ਸਿੱਖਾਂ ਨੇ ਆਖਰੀ ਦਮ ਤੱਕ, ਲਾਸਟ ਬੁਲੇਟ ਲਾਸਟ ਬ੍ਰੈਥ ਤੱਕ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਜੀ। ਜਦੋਂ ਗੋਲੀਆਂ ਖਤਮ ਹੋ ਗਈਆਂ ਫਿਰ ਹੈਂਡ ਟੂ ਹੈਂਡ ਕੰਬੈਕਟ ਫਾਈਟ ਹੋਈ ਜੀ, ਹੱਥੋ ਹੱਥੀ ਲੜਾਈ ਹੋਈ ਸੀ। ਜਿਹੜੀ ਕੇਸਰੀ ਫਿਲਮ ਮੇਰੀ ਕਿਤਾਬ 'ਤੇ ਅਧਾਰਿਤ ਹੈ ਅਕਸ਼ੇ ਕੁਮਾਰ ਵਾਲੀ, ਉਹ ਸਾਰੀ ਸਟੋਰੀ ਮੇਰੇ ਕੋਲ ਲੈ ਕੇ ਗਏ ਸੀ ਜੀ। ਹਾਂਜੀ, ਅਤੇ ਹੁਣ ਵੀ ਇੱਕ ਹੋਰ 2 ਹੋਰ ਕੰਟੈਕਟ ਹੋਇਆ, ਇੱਕ ਸ਼ਾਇਦ ਟੋਮ ਕਰੂਜ਼ ਨੂੰ ਲੈ ਕੇ ਇੰਗਲਿਸ਼ ਫਿਲਮ ਬਣਾਉਣਾ ਚਾਹੁੰਦੇ, ਬੈਟਲ ਆਫ ਸਾਰਾ ਜਿਹੜੀ ਉਹਨਾਂ ਨੂੰ ਮੈਂ ਸਟੋਰੀ ਦਿੱਤੀ ਹੋਈ ਹੈ ਜੀ। ਅਤੇ ਉਹਦਾ ਕਾਰਨ ਇਹ ਸੀ ਵੀ ਇਹ ਫਿਰ ਵਰਲਡ ਫੇਮਸ ਬੈਟਲ ਹੋਈ ਅਤੇ ਉਸ ਤੋਂ ਬਾਅਦ ਉੱਥੇ ਯਾਦਗਾਰਾਂ ਬਣਾਈਆਂ ਗਈਆਂ। ਇਨ ਬਰੀਫ ਕਰ ਲਾਂ ਕਿਉਂਕਿ ਟਾਈਮ ਸ਼ੋਰਟ ਹੋਣ ਕਰਕੇ। ਬਿਲਕੁਲ, ਅਤੇ ਇਹ ਸਿਸਟਮ ਚੱਲਦਾ ਰਿਹਾ ਅਤੇ ਤਕਰੀਬਨ 100 ਸਾਲ ਤੋਂ ਜ਼ਿਆਦਾ ਇਹ ਬੈਟਲ ਫੋਰਗੋਟਨ ਹੋ ਗਈ, ਭੁੱਲ ਗਏ ਸਾਰੇ ਜੀ। ਪਰ ਉਸ ਸਮੇਂ ਬ੍ਰਿਟਿਸ਼ ਨੇ ਇਹ ਸੋਚਿਆ ਸੀ ਵੀ ਇਸ ਚੀਜ਼ ਨੂੰ ਹਮੇਸ਼ਾ ਲਈ ਦੁਨੀਆ ਵਾਸਤੇ ਜ਼ਿੰਦਾ ਰੱਖਣ ਵਾਸਤੇ ਸਿੱਖਾਂ ਦੀ ਹੈੱਡ ਚੀਜ਼ ਕੀ ਆ, ਇਹ ਸਿੱਖਾਂ ਦਾ ਸੈਂਟਰ ਪਲੇਸ ਕਿਹੜਾ, ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਜੀ। ਉਹਨਾਂ ਨੇ ਕੀ ਕੀਤਾ, ਦਰਬਾਰ ਸਾਹਿਬ ਵੱਲ ਜਾਂਦੇ ਹੋਏ ਕਤਵਾਲੀ ਦੇ ਸੱਜੇ ਵਾਲੇ ਪਾਸੇ ਇੱਕ ਗੁਰਦੁਆਰਾ ਸਾਹਿਬ 1902 ਦੇ ਵਿੱਚ ਸਥਾਪਿਤ ਕੀਤਾ ਜੀ, ਜਿਸ ਦਾ ਨਾਮ ਰੱਖਿਆ ਗੁਰਦੁਆਰਾ ਸਾਰਾਗੜੀ ਜੀ ਅੰਮ੍ਰਿਤਸਰ। ਅਤੇ ਦੂਸਰੀ ਯਾਦਗਾਰ ਜਿਹੜੀ ਬਣੀ ਸੀ ਉਹ ਪਾਇਨੀਅਰ ਅਖਬਾਰ ਇਲਾਹਾਬਾਦ ਨੇ ਇਕੱਠਾ ਕਰਕੇ ਚੰਦਾ ਫਿਰੋਜ਼ਪੁਰ ਕੈਂਟ 'ਚ ਬਣਾਈ ਸੀ ਜੀ। ਹਾਂਜੀ ਜੀ, ਇਹਦੇ ਵਿੱਚ ਮੈਂ ਇੱਕ ਕੰਟੀਨਿਊ ਰੱਖਿਓ ਤੁਸੀਂ, ਪਰ ਮੈਨੂੰ ਜਿੱਦੋਂ ਤੱਕ, ਕਿਉਂਕਿ ਮੈਂ ਜਦੋਂ ਪੜ੍ਹਦਾ ਹੁੰਦਾ ਸੀਗਾ ਤਾਂ ਉਦੋਂ ਇਹ ਗੱਲ ਆਉਂਦੀ ਸੀਗੀ ਵੀ ਸਾਰਾਗੜੀ ਦੇ ਸ਼ਹੀਦਾਂ ਨੂੰ ਜਿਹੜਾ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਵੀ ਸਟੈਂਡਿੰਗ ਅਵੇਸ਼ਨ ਦਿੱਤਾ ਜਾਂਦਾ,
ਅੱਜ ਵੀ? ਹਾਂਜੀ, ਲੜਾਈ ਤੋਂ ਬਾਅਦ ਜਿਹੜਾ ਸੀ ਇਹਦੀ ਰਿਪੋਰਟ ਜਦੋਂ ਉੱਥੇ ਪੁੱਜੀ, ਉਦੋਂ ਵਿਕਟੋਰੀਆ ਦੂਸਰੀ ਜਗ੍ਹਾ 'ਤੇ ਹੈਗੀ ਸੀ। ਫਿਰ ਵਿਕਟੋਰੀਆ ਜਦੋਂ ਵਾਪਸ ਆਉਂਦੀ ਆ ਲੰਡਨ ਦੇ ਵਿੱਚ, 2 ਮਿੰਟ ਦਾ ਮੌਨ ਰੱਖ ਕੇ ਇਹਨਾਂ ਨੂੰ ਸਟੈਂਡਿੰਗ ਓਵੇਸ਼ਨ ਦਿੱਤਾ ਗਿਆ ਸੀ। ਅੱਜ ਤੱਕ ਵੀ ਉਹ ਚੱਲਦਾ ਉਸੇ ਤਰ੍ਹਾਂ ਜਾਂ ਨਹੀਂ? ਉਹ ਇੱਕੋ ਦਿਨ ਉਸੇ ਦਿਨ ਦਿੱਤਾ ਸੀ ਉਹਨਾਂ ਨੇ ਸਟੈਂਡ, ਵੀ ਸਭ ਨੇ ਖਲੋ ਕੇ 2 ਮਿੰਟ ਲਈ ਮੌਨ ਧਾਰ ਕੇ ਇਹਨਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਉਹ ਇੱਕ ਦਿਨ ਹੋਇਆ ਸੀ ਉਸ, ਇੱਕੋ ਦਿਨ ਹੋਇਆ ਸੀ ਜੀ। ਪਰ ਇਸ ਯਾਦਗਾਰ ਨੂੰ ਸਜੀਵੀ ਦੁਨੀਆ ਵਾਸਤੇ ਕਾਇਮ ਕਰਨ ਲਈ ਇਹ ਯਾਦਗਾਰ ਬਣਾਈ ਗਈ, 2 ਯਾਦਗਾਰਾਂ ਹੋਰ ਬਣਾਈਆਂ ਗਈਆਂ। ਇੱਕ ਤਾਂ ਲੋਕਹਾਰਟ ਕਿਲੇ ਦੀ ਬੈਕ ਸਾਈਡ 'ਤੇ ਯਾਦਗਾਰ, ਇੱਕ ਮੀਨਾਰ ਬਣਾਇਆ ਗਿਆ ਸੀ ਜਿੱਥੇ 3 ਪਲੇਟਾਂ ਲਾ ਕੇ 21 ਸਿੱਖਾਂ ਦੇ ਨਾਮ ਲਿਖੇ ਗਏ ਅਤੇ ਬਰੀਫ ਹਿਸਟਰੀ ਸੀ। ਅਤੇ ਤੀਸਰੀ ਯਾਦਗਾਰ ਓਰਿਜਨਲ ਬੈਟਲ ਫੀਲਡ ਨੂੰ ਰੀਕੈਪਚਰ ਕੀਤਾ ਗਿਆ ਸੀ 14 ਸਤੰਬਰ 2 ਦਿਨ ਬਾਅਦ ਜੀ। 18 ਸਿੱਖਾਂ ਨੇ 3 ਸਟੈਂਡਰਡ ਉਹਨਾਂ ਦੇ ਜਿਹੜੇ ਝੰਡੇ ਪਠਾਨਾਂ ਤੋਂ ਖੋਏ ਸੀ ਉਹਨਾਂ ਨੂੰ ਲੈ ਕੇ ਇੱਥੇ ਆਏ ਸੀ। 21 ਸਿੱਖਾਂ ਦੇ ਜਿਹੜੇ ਟੁੱਟੇ ਹੋ ਚੁੱਕੇ ਸਨ ਉਹਨਾਂ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਸੰਸਕਾਰ ਕੀਤਾ ਗਿਆ ਜੀ। ਅਤੇ ਉਹੀ ਚੌਂਕੀ ਦੇ ਪੱਥਰ ਲੈ ਕੇ ਪਿਰਾਮਿਡ ਵਰਗੀ ਇੱਕ ਕੈਰਨ ਯਾਦਗਾਰ ਬਣਾ ਦਿੱਤੀ ਗਈ ਸੀ ਜੀ, ਜਿਹੜੀ ਕਿ 1970-71 ਭੁਚਾਲ ਕਰਕੇ ਅੱਧੀ ਟੱਟ ਗਈ ਸੀ ਬਾਜੋ ਪਾਕਿਸਤਾਨ ਦੀ ਤਾਲਿਬਾਨ ਦੀ ਲੜਾਈ 'ਚੋਂ ਡਿਸਟਰੋਏ ਹੋ ਗਈ ਜੀ। ਉਹ ਜਿਹੜੀ ਪਿਰਾਮਿਡ ਵਰਗੀ ਯਾਦਗਾਰ ਸੀ ਇਹਨਾਂ ਨੇ ਬ੍ਰਿਟਿਸ਼ ਨੇ ਬਣਾਈ ਸੀ ਸੰਸਕਾਰ ਤੋਂ ਬਾਅਦ, ਉੱਥੇ ਵੀ ਇੱਕ ਪਲੇਟ ਲਾਈ ਸੀ ਵਾਈਟ ਪੱਥਰ ਸਟੋਨ ਦੀ, ਵੀ ਇਹ ਯਾਦਗਾਰ ਇਹਨਾਂ ਦੇ ਵਾਸਤੇ ਅਸੀਂ ਬਣਾ ਰਹੇ ਹਾਂ ਤਾਂ ਜੋ ਸਜੀਵੀ ਦੁਨੀਆ ਲਈ ਆਉਣ ਵਾਲੇ ਸਮੇਂ 'ਚ ਇਸ ਨੂੰ ਯਾਦ ਕੀਤਾ ਜਾ ਸਕੇ। ਉਸੇ ਜਗ੍ਹਾ 'ਤੇ 122 ਸਾਲ ਬਾਅਦ 8 ਜੁਲਾਈ 2019 ਨੂੰ ਜਾ ਕੇ ਮੈਂ ਨਿਸ਼ਾਨ ਸਾਹਿਬ ਚਲਾਇਆ ਅਰਦਾਸ ਕਰਨ ਤੋਂ ਬਾਅਦ, ਸਿੱਖਾਂ ਵਿਰੁੱਧੀ ਪਹਿਲੀ ਨਿਸ਼ਾਨ ਅਰਦਾਸ ਕੀਤੀ, ਕਿਉਂਕਿ ਉਸ ਤੋਂ ਪਹਿਲੇ ਜਿਹੜਾ ਬ੍ਰਿਟਿਸ਼ ਦਾ ਉੱਥੇ ਫਲੈਗ ਸੀ, ਨਿਸ਼ਾਨ ਸਾਹਿਬ ਪਹਿਲੀ ਵਾਰੀ ਇਤਿਹਾਸ 'ਚ ਉੱਥੇ ਚਲਾਇਆ ਗਿਆ। ਸੋ ਜਿਹੜਾ ਤੁਹਾਡਾ ਮੇਨ ਮਕਸਦ ਸਾਰਾਗੜ੍ਹੀ ਫਾਊਂਡੇਸ਼ਨ ਦਾ ਇਹ ਸੀਗਾ ਵੀ ਉਸ ਯਾਦਗਾਰ ਨੂੰ ਸੰਭਾਲਣਾ। ਪਰ ਇਸ ਦੀ ਸ਼ੁਰੂਆਤ ਕਿੱਦਾਂ ਹੋਈ ਜੀ? ਅੰਮ੍ਰਿਤਸਰ ਦਾ ਜੰਮਪਲ ਸੀ, ਅੰਮ੍ਰਿਤਸਰ ਦੇ ਸਾਰੇ ਗੁਰਦੁਆਰਿਆਂ 'ਚ ਬਹੁਤ ਰੌਣਕ ਹੁੰਦੀ ਸੀ ਅਤੇ ਮੈਂ ਸਾਈਕਲ 'ਤੇ ਹਮੇਸ਼ਾ ਸਕੂਲ ਜਾਣ ਵੇਲੇ ਇਸ ਗੁਰਦੁਆਰੇ ਤੋਂ ਨਿਕਲਦਾ ਸੀ। ਗ੍ਰੰਥੀ ਸਿੰਘ ਆ ਕੇ ਸਿਰੇ ਪ੍ਰਕਾਸ਼ ਕਰਦਾ ਸੀ, ਸ਼ੀਸ਼ੇ ਦਾ ਡੋਰ ਬੰਦ ਕਰਕੇ ਅਤੇ ਚਲੇ ਜਾਂਦਾ ਸੀ, ਸਾਰਾ ਦਿਨ ਗੁਰਦੁਆਰਾ ਬੰਦ ਰਹਿੰਦਾ, ਕੋਈ ਨਹੀਂ ਹੁੰਦਾ ਸੀ। ਸ਼ਾਮ ਨੂੰ ਆ ਕੇ ਸੁੱਖ ਰਹਿਰੋ ਸਾਹਿਬ ਦਾ ਪਾਠ ਕਰਕੇ ਸੁੱਖ ਆਸਣ ਕਰਦੇ ਨੇ। ਇੱਕ ਦਿਨ ਉਹਨੂੰ ਮੈਂ ਪੁੱਛ ਲਿਆ ਵੀ ਇਹ ਕਿਉਂ ਕਰਦਾ ਇਸ ਤਰ੍ਹਾਂ, ਰੌਣਕ ਖੁੱਲ੍ਹਾ ਰੱਖ, ਸੰਗਤ ਆਏਗੀ। ਉਹ ਕਹਿੰਦੇ ਜੀ ਇੱਥੇ ਚੜਾਵਾ ਨਹੀਂ ਚੜ੍ਹਦਾ, ਸੰਗਤ ਨਹੀਂ ਆਉਂਦੀ, SCPC ਨੇ ਮੇਰੀ ਡਬਲ ਡਿਊਟੀ ਇਹ ਲਾਈ ਹੈ, ਇਸ ਤੋਂ ਬਾਅਦ ਮੈਂ ਸਾਰਾ ਦਿਨ ਦਰਬਾਰ ਸਾਹਿਬ ਪਾਠਾਂ ਦੀ ਰੋਲ ਲਾਉਂਦਾ, ਡਿਊਟੀ ਕਰਦਾ ਪਰਿਕਰਮਾ 'ਚ। ਫਿਰ ਮੈਂ ਨੈਕਸਟ ਡੇ ਮੈਨੇਜਰ ਨਾਲ ਜਾ ਕੇ ਗੱਲਬਾਤ ਕੀਤੀ, ਮੈਂ ਕਿਹਾ ਜੀ ਅਸੀਂ ਇੱਥੇ ਰੌਣਕ ਲਾ ਦੀ, ਉਹ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ, ਅੱਜ ਉੱਥੇ 2 ਗ੍ਰੰਥੀ ਹਨ ਅਤੇ 4 ਸੇਵਾਦਾਰ ਹਨ, ਜੋ ਇਹ ਕੰਮ ਅਸੀਂ ਸ਼ੁਰੂ ਕੀਤਾ ਜੀ। ਫਿਰ 82 'ਚ ਮੈਂ ਕੰਮ ਸ਼ੁਰੂ ਕਰ ਦਿੱਤਾ ਸੀ ਸਾਰਾ ਗੜੀ ਫਾਊਂਡੇਸ਼ਨ ਬਣਾ ਕੇ ਜੀ। ਅਤੇ ਅਸੀਂ ਅਗਲੇ ਦਿਨ ਹੀ ਸਪੋਰਟਸ ਨਾਲ ਸੀ, ਮੈਂ ਆਪਣੇ ਸਟੂਡੈਂਟਸ ਲਿਆ ਕੇ ਉੱਥੇ ਕਲਾਸਿਸ ਸ਼ੁਰੂ ਕਰ ਦਿੱਤੀਆਂ, 100-150 ਬੱਚਾ ਆ ਗਿਆ, ਉਹਨਾਂ ਦੇ ਪੇਰੈਂਟਸ ਆਉਣ ਲੱਗੇ, ਹੌਲੀ ਹੌਲੀ ਰੌਣਕ ਲੱਗ ਗਈ। ਸਾਲ 'ਚ ਅਸੀਂ 2 ਦਿਨ ਮਨਾਉਣੇ ਸ਼ੁਰੂ ਕੀਤੇ, ਕੀਰਤਨ ਦਰਬਾਰ 1 12 ਸਤੰਬਰ 1 ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਪੁਰਬ, ਅਤੇ ਇਸੇ ਤਰ੍ਹਾਂ ਮੇਰੀ ਅਟੈਚਮੈਂਟ ਸਾਰਾਗੜ੍ਹੀ ਨਾਲ ਚੱਲੀ ਸੀ। ਸੋ ਮੇਨ ਮਕਸਦ ਤੁਹਾਡਾ ਸਾਰਾਗੜ੍ਹੀ ਫਾਊਂਡੇਸ਼ਨ ਔਰ ਉਹਦੀ ਹਿਸਟਰੀ ਨੂੰ ਸੰਭਾਲਣਾ, ਗੁਰਦੁਆਰੇ ਦੀਆਂ ਯਾਦਾਂ ਨੂੰ ਸੰਭਾਲਣਾ ਨਾ ਜੀ। ਅਤੇ ਅਤੇ ਇਸ ਤੋਂ ਬਾਅਦ ਇਹ ਬਹੁਤ ਲੰਬੀ ਹੈ ਇਹਦੀ ਹਿਸਟਰੀ, ਅਸੀਂ ਬਿਲਕੁਲ ਮੈਂ ਕੱਟ ਆਫ ਛੋਟਾ ਜਿਹਾ ਕਰਨ ਲੱਗਾ 1 ਮਿੰਟ ਦੇ ਵਿੱਚ ਜੀ। 1995 ਦੇ ਵਿੱਚ ਆ ਗਿਆ, ਇਹਨੂੰ ਹਾਈਲਾਈਟ ਕੀਤਾ ਗਿਆ ਅਖਬਾਰਾਂ 'ਚ ਕਰਕੇ, ਹੌਲੀ ਹੌਲੀ ਸਭ ਨੂੰ ਪਤਾ ਲੱਗਿਆ ਵੀ ਸਾਰਾਗੜ੍ਹੀ ਕੀ ਹੈਗੀ ਹੈ ਜੀ। ਫਿਰ ਸਿੱਖ ਵਿਦਵਾਨਾਂ ਨੇ SCPC ਨੂੰ ਚਿੱਠੀਆਂ ਲਿਖੀਆਂ ਸੀ ਵੀ 1997 100 ਸਾਲਾ ਸ਼ਤਾਬਦੀ ਆ ਰਹੀ ਹੈ ਅਤੇ ਸਾਨੂੰ ਚਾਹੀਦਾ ਇਸ 'ਤੇ ਵੱਡਾ ਸਮਾਗਮ ਕਰਨਾ ਚਾਹੀਦਾ ਜੀ। SCPC ਵਾਲਿਆਂ ਨੇ ਮੈਨੂੰ ਬੁਲਾ ਲਿਆ ਕਿਉਂਕਿ ਇਹ ਕੰਮ ਮੈਂ ਸ਼ੁਰੂ ਕੀਤਾ ਸੀ। ਫਿਰ ਇਹ ਨਵਾਂ ਟਾਸਕ ਆ ਗਿਆ ਵੀ 21 ਪਰਿਵਾਰਾਂ ਨੂੰ ਲੱਭਣਾ, ਅਤੇ ਤਕਰੀਬਨ 10 ਮਹੀਨੇ ਬਾਬਾ ਈਸ਼ਰ ਸਿੰਘ ਦੇ ਉਹ ਸਾਰੇ 21 ਦੇ 21 ਜਿਹੜੇ ਸਿੱਖ ਸ਼ਹੀਦ ਉਹਨਾਂ ਨੂੰ ਲੱਭਣਾ
ਜੀ। ਫਿਰ ਮੈਂ ਇਕੱਲੇ ਨਹੀਂ, ਇੱਕ ਬੁਲਟ ਮੋਟਰਸਾਈਕਲ ਸੀ ਨਾਲ, ਇੱਕ ਆਪਣੇ ਦੋਸਤ ਦਾ ਮਨਜੀਤ ਸਿੰਘ ਗੱਤਕਾ ਮਾਸਟਰ, ਉਹਨਾਂ ਨੂੰ ਲੈ ਕੇ ਅਸੀਂ ਪੂਰੇ ਪੰਜਾਬ ਤੋਂ ਆਰਮੀ ਦੀ ਹੈਲਪ ਦੇ ਨਾਲ 21 ਦੇ 21 ਪਰਿਵਾਰਾਂ 'ਚੋਂ 19 ਪਰਿਵਾਰ ਲੱਭ ਲਏ ਦਸਾਂਗੇ। ਫਿਰ ਉਹਨਾਂ ਨੇ 1997 ਸਨਮਾਨਿਤ ਕੀਤਾ, ਬਾਕੀ 2 ਪਰਿਵਾਰਾਂ ਨੇ ਮੈਨੂੰ ਲੱਭਿਆ ਜਦੋਂ ਇਹ ਹਾਈਲਾਈਟ ਹੋ ਗਈ ਸੀ ਉਹਨਾਂ ਨੇ। ਹਾਂਜੀ, ਸੋ ਸਾਰਾਗੜ੍ਹੀ ਦੀ ਲੜਾਈ ਵਾਲੀ ਆ ਜਿਹੜੀ ਤੁਹਾਡੀ ਬੁੱਕ ਆ, ਇਸ ਮੈਂ ਸਾਰੇ ਆਪਣੇ ਦਰਸ਼ਕਾਂ ਨੂੰ ਵੀ ਦਿਖਾ ਰਿਹਾ ਹਾਂ, ਡਾਕਟਰ ਗੁਰਿੰਦਰਪਾਲ ਸਿੰਘ ਜੋਸ਼ਨ ਉਹਨਾਂ ਦੀ ਲਿਖੀ ਹੋਈ। ਕਿਉਂਕਿ ਅਸੀਂ ਜਦੋਂ ਅੱਜ ਕੱਲ੍ਹ ਰਿਸਰਚ ਕਰਦੇ ਹਾਂ, ਜਿੱਦਾਂ ਪਹਿਲੇ ਜ਼ਮਾਨੇ ਦੇ ਵਿੱਚ ਵੀ ਤਾਂ ਜਿੰਨੀਆਂ ਰਿਸਰਚ ਹੁੰਦੀਆਂ ਸੀ ਉਹ ਹੋਮ ਟੂ ਹੋਮ ਜਾ ਕੇ ਜਾਂ ਪਲੇਸ ਟੂ ਪਲੇਸ ਜਾ ਕੇ ਹੁੰਦੀਆਂ ਸੀਗੀਆਂ, ਪਰ ਅੱਜ ਕੱਲ੍ਹ ਰਿਸਰਚ ਗੂਗਲ ਤੋਂ ਹੁੰਦੀ ਆ ਜੀ, ਹੈ ਨਾ? ਬਿਲਕੁਲ ਠੀਕ। ਅਤੇ ਗੂਗਲ ਦੇ ਉੱਤੇ ਜ਼ਰੂਰੀ ਨਹੀਂ ਕਿ ਹਰ ਚੀਜ਼ ਜਿਹੜੀ ਐਗਜੈਕਟਲੀ ਉਹੋ ਹੀ ਹੋਵੇ ਜੋ ਸੀ, ਪਰ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਬੁਲਟ ਮੋਟਰਸਾਈਕਲ 'ਤੇ ਜਾ ਕੇ ਤੁਸੀਂ ਇੱਕ ਇੱਕ ਫੌਜੀ ਜਿਹੜੇ ਉੱਥੇ ਆਪਣੇ ਸਿੱਖ ਫੌਜੀ ਸ਼ਹੀਦ ਹੋਏ ਉਹਨਾਂ ਦੇ ਘਰਾਂ ਵਿੱਚ ਜਾ ਕੇ, ਸੋ ਬਹੁਤ ਵੱਡੀ ਜਿਹੜੀ ਅਸੀਂ ਕਹਿ ਸਕਦੇ ਕਿ ਕੋਸ਼ਿਸ਼ ਕੀਤੀ ਜੀ ਅਸੀਂ ਇਹਨੂੰ ਲੱਭਣ ਦੀ, ਵੱਡਾ ਮਿਸ਼ਨ ਤੁਹਾਡਾ ਨਾ ਜੀ। ਅਤੇ ਉਹ ਕਰਨ ਤੋਂ ਬਾਅਦ ਅਸੀਂ ਉਹਨਾਂ ਦੇ ਪੋਰਟਰੇਟ ਵੀ ਤਿਆਰ ਕੀਤੇ, ਕਿਉਂਕਿ ਇਹਨਾਂ ਦੀ ਕੋਈ ਫੋਟੋ ਨਹੀਂ ਸੀ, ਇਹਦੀ ਬੈਕ ਸਾਈਡ 'ਤੇ ਉਹਨਾਂ ਦੇ ਪੋਰਟਰੇਟ ਸਨ ਜੀ ਜੀ। ਅਤੇ ਓਰਿਜਿਨਲ ਪੋਰਟਰੇਟ ਅਸੀਂ ਪੰਜਾਬ ਸਟੇਟ ਵਾਰ ਮਿਊਜ਼ੀਅਮ ਅੰਮ੍ਰਿਤਸਰ ਦਿੱਤੇ ਹਨ ਜੀ, ਅਤੇ ਤਕਰੀਬਨ ਪੂਰੇ ਵਰਲਡ 'ਚ ਹੁਣ ਤੱਕ 55 ਗੈਲਰੀਜ਼ ਇਹੀ ਬਣਾ ਚੁੱਕੇ ਹਾਂ ਇਹਨਾਂ ਦੀਆਂ ਜੀ। ਅਤੇ ਸਾਰਾ ਖਰਚਾ ਦਾਸ ਵੱਲੋਂ ਆਪੇ ਵੱਲੋਂ ਕੀਤਾ ਜਾਂਦਾ ਹੈ ਜੀ ਜੀ। ਇਸ ਨੂੰ ਅੱਗੇ ਚਲਾਉਂਦੇ ਹੋਏ ਫਿਰ ਅਸੀਂ 2020 ਦੇ ਵਿੱਚ UK ਦੇ ਵਿੱਚ ਇੱਕ ਸਟੈਚੂ ਹਵਲਦਾਰ ਰਿਸ਼ਭ ਸਿੰਘ ਜੀ ਦਾ ਲੱਗਾ ਸੀ, ਉਹਨਾਂ ਨੇ ਹੈਲਪ ਲਈ ਉੱਥੇ ਜਾ ਕੇ, ਉਹਦੀ ਉਸਦੀ ਓਪਨਿੰਗ ਹੋਈ ਸੀ ਜੀ। ਫਿਰ ਮੰਨਦੇ ਕਿਉਂਕਿ 21 ਸਿੱਖ ਹੀ ਗਾਈਡ ਕਰਦੇ ਹਨ ਜੋ ਕੁਛ ਵੀ ਅੱਜ ਤੱਕ ਮੈਂ ਕੀਤਾ ਹੈ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਜੀ। ਉਹਨਾਂ ਦੀ ਗਾਈਡੈਂਸ ਦੇ ਥਰੂ ਹੀ ਅਸੀਂ ਫਿਰ ਉਸ ਜਗ੍ਹਾ 'ਤੇ ਗਏ, ਸਭ ਕੁਛ ਕੀਤਾ। ਫਿਰ ਇਹ ਸੋਚਿਆ ਇਸ ਨੂੰ ਸੰਭਾਲਣਾ ਹੈ, ਉੱਪਰ ਪਾਰਕ ਅਸੀਂ ਬਣਾ ਦਿੱਤੀ, ਸਾਰਾ ਗੜੀ ਪਾਰਕ ਬਣ ਚੁੱਕੀ ਹੈ 90x50 ਫੁੱਟ ਦੇ ਵਿੱਚ। ਅਤੇ ਫਿਰ ਮੰਚ ਕੇ ਆ ਲਏ ਇੱਥੇ ਗੁਰਦੁਆਰਾ ਸਾਹਿਬ ਨੇ ਕਹੀ, ਥੱਲੇ ਮੈਦਾਨੀ ਏਰੀਆ 43 ਕਿਲੋਮੀਟਰ ਥੱਲੇ ਆ ਕੇ ਪਹਾੜੀ ਤੋਂ ਉਸ ਜਗ੍ਹਾ 'ਤੇ ਇੱਕ ਹੰਗੂ ਏਰੀਆ ਹੈ। ਹੰਗੂ ਵਿੱਚ ਇੱਕ ਪ੍ਰੇਮ ਨਗਰ 'ਚ 3 ਕਮਿਊਨਿਟੀਆਂ ਰਹਿੰਦੀਆਂ ਹਨ ਸਾਡੇ, ਸਿੱਖ, ਹਿੰਦੂ ਅਤੇ ਕ੍ਰਿਸਚੀਅਨ ਜੀ, ਕਿਉਂਕਿ ਬਾਕੀ ਸਾਰੇ ਔਰਕਜਾਈ ਹਨ, ਅਫਜੀਦੀ ਅਤੇ ਔਰਕਜਾਈ। ਅਤੇ ਉਸ ਜਗ੍ਹਾ 'ਤੇ ਉਹਨਾਂ ਨਾਲ ਗੱਲਬਾਤ ਕੀਤੀ, ਇੱਕ ਮੰਦਰ ਅਤੇ ਇੱਕ ਚਰਚ ਹੈਗਾ ਸੀ ਔਲਰੇਡੀ, ਗੁਰਦੁਆਰੇ ਲਈ ਖਾਲੀ ਜਗ੍ਹਾ ਸੀ, ਉਸਦਾ ਨਾਮ ਉਹਨਾਂ ਨੇ ਰਜਿਸਟਰਡ ਕਰਾਇਆ ਹੈ ਗੁਰਦੁਆਰਾ ਸਿੰਘ ਸਭਾ ਜੀ। ਫਿਰ ਉਹਨਾਂ ਨੂੰ ਜਾ ਕੇ ਕਿਹਾ, ਮੈਂ ਕਿਹਾ ਜੇ ਮੈਂ ਤੁਹਾਡੀ ਹੈਲਪ ਕਰਦਾ ਪਰ ਇਹਦਾ ਨਾਮ ਚੇਂਜ ਮੇਰੇ ਹਿਸਾਬ ਨਾਲ ਕਰ ਦਿਉ। ਉਹ ਐਗਰੀ ਹੋ ਗਏ, ਉਸਦਾ ਨਾਂ ਅਸੀਂ ਰੱਖਿਆ ਗੁਰਦੁਆਰਾ ਸਾਰਾਗੜੀ ਸਿੰਘ ਸਭਾ ਜੀ। ਅਤੇ ਅਸੀਂ ਪਿਛਲੇ ਸਾਲ ਹੀ ਉਹ ਗੁਰਦੁਆਰਾ ਸਾਹਿਬ ਸਥਾਪਿਤ ਕਰਕੇ ਉਹਦੀ ਓਪਨਿੰਗ ਕਰ ਦਿੱਤੀ ਹੈ। ਇੱਥੇ ਜੇ ਅਗਰ ਦਰਸ਼ਨ ਕਰਨ ਜਾਣਾ ਹੋਵੇ ਤਾਂ ਅਸੀਂ ਦਰਸ਼ਕਾਂ ਨੂੰ ਤੁਸੀਂ ਥੋੜ੍ਹਾ ਜਿਹਾ ਗਾਈਡ ਕਰ ਸਕਦੇ ਹੋ ਵੀ ਅਗਰ ਤੁਸੀਂ ਉਸ ਗੁਰੂ ਘਰ ਦੇ ਵਿੱਚ ਦਰਸ਼ਨ ਵੀ ਕਰਨੇ ਹੋਣ? ਉਹ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ, ਪਾਕਿਸਤਾਨ ਜਿਹੜੇ ਵੀ ਸਿੱਖ ਸ਼ਰਧਾਲੂ ਜਾਂਦੇ ਹਨ ਇੰਡੀਆ ਤੋਂ, ਉਹਨਾਂ ਨਾਲ ਲਿਮਿਟਡ ਏਰੀਆ ਹੁੰਦਾ, ਪਰ ਅਮੈਰੀਕਨ ਕੈਨੇਡੀਅਨ ਜਿਹੜੇ ਹੈਗੇ ਉਹ ਕਿਤੇ ਵੀ ਟਰੈਵਲ ਕਰ ਸਕਦੇ ਹਨ ਜੀ, ਪਰ KPK ਦੇ ਵਿੱਚ ਐਂਟਰ ਕਰਨਾ, ਪਿਸ਼ਾਵਰ ਵੀ ਨਹੀਂ ਜਾ ਸਕਦੇ ਜੀ, ਉਹ ਲਈ ਸਪੈਸ਼ਲ ਪਰਮਿਸ਼ਨ ਲੈਣੀ ਪੈਂਦੀ ਹੈ। ਉਹ ਵੀਜ਼ਾ ਲਵਾਉਣ ਤੋਂ ਬਾਅਦ 2-3 ਮਹੀਨੇ ਦਾ ਪ੍ਰੋਸੈਸ ਹੈ, ਉਹਨਾਂ ਦੀ ਮਿਨਿਸਟਰੀ ਜਿਹੜੀ ਟੂਰਿਜ਼ਮ ਡਿਪਾਰਟਮੈਂਟ ਤੋਂ ਜੇ ਪਰਮਿਸ਼ਨ ਤੁਹਾਨੂੰ ਮਿਲ ਜਾਏਗੀ ਫਿਰ ਤੁਸੀਂ ਆਪਣਾ ਸਕੌਟ ਲੈ ਕੇ ਜਾ ਸਕਦੇ ਜੀ ਉੱਥੇ ਜੀ। ਪਰ ਮੈਂ ਆਪਣੇ ਬੇਸ 'ਤੇ ਕੰਮ ਕੀਤਾ ਸੀ, ਭੇਸ ਬਦਲ ਕੇ ਗਿਆ ਸੀ ਇਹ ਸਾਰੇ ਕੰਮ ਕਰਨ 'ਤੇ, ਮੈਂ ਉਹ 'ਚ ਸਫਲ ਰਿਹਾ ਵੀ ਤੁਸੀਂ। ਹਾਂਜੀ, ਉਹ ਖਤਰਨਾਕ ਡੇਂਜਰਸ ਹੈ, ਕਿਸੇ ਨੂੰ ਵੀ ਉਹ ਕਿਸੇ ਵੀ ਗੱਲ 'ਤੇ ਗੋਲੀ ਮਾਰ ਦਿੰਦੇ ਹੁਣ। ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਥੱਲੇ ਹੰਗੂ ਤੋਂ ਜੇ ਅਸੀਂ ਉੱਪਰ ਜਾ ਰਹੇ ਸੀ ਅਤੇ ਜਿਹੜੀਆਂ ਇਹਨਾਂ ਦੀਆਂ ਪਹਾੜੀ ਔਰਤਾਂ ਪਾਣੀ ਵੀ ਘੜੇ 'ਚ ਭਰ ਕੇ ਚਸ਼ਮੇ ਤੋਂ ਲੈ ਕੇ ਆ ਰਹੀਆਂ, ਅਤੇ ਉੱਥੇ ਜੇ ਕੋਈ ਵਾਹਨ ਜਾ ਰਿਹਾ, ਗੱਡੀ ਜਾ ਰਹੀ, ਮੈਟਾਡੋਰ ਜਾਂ ਕੋਈ ਜਾ ਰਹੀ ਚੀਜ਼, ਉਹ ਸਾਰੇ ਉਹ ਉੱਤਰ ਕੇ ਖੱਡ ਵਾਲੇ ਪਾਸੇ ਮੂਵ ਕਰ ਦਿੰਦੇ ਸੀ ਜਿੰਨੀ ਦੇਰ ਉਹ ਕ੍ਰੋਸ ਨਹੀਂ ਕਰਦੀਆਂ, ਕਿਉਂਕਿ ਜੇ ਉਹਨਾਂ ਵੱਲ ਵੇਖ ਲਿਆ ਉਸ ਵੇਲੇ ਗੋਲੀ ਚੱਲ ਜਾਣੀ, 1 ਸੈਕਿੰਡ 'ਚ ਕੋਈ ਲਾ ਨਹੀਂ। ਕੋਈ ਅਫਗਾਨਿਸਤਾਨ ਦੇ ਬਾਰਡਰ ਦਾ ਏਰੀਆ ਬਣ ਗਿਆ, ਟ੍ਰਾਈਬਲ ਏਰੀਆ, ਟ੍ਰਾਈਬਲ ਏਰੀਆ। ਹਾਂਜੀ,
ਅਤੇ ਇਸ ਕਰਕੇ ਜਿੱਦਣ ਮੈਂ ਗਿਆ ਸੀ ਮੇਰੇ ਤੋਂ ਇੱਕ ਹਫ਼ਤਾ ਪਹਿਲੇ ਹੀ ਉੱਥੇ ਇੱਕ ਕਾਰ ਗਈ ਸੀ ਟੂਰਿਸਟ 6 ਜਣਿਆਂ ਨੂੰ ਉਡਾ ਦਿੱਤਾ ਸੀ ਉਹਨਾਂ ਨੇ, ਇਹ ਕੋਈ ਛੋਟੀ ਜਿਹੀ ਗਲਤੀ, ਉੱਥੇ ਕੁਛ ਵੀ ਹੋ ਸਕਦਾ। ਉਹ ਸ਼ਹੀਦਾਂ ਦੀ ਯਾਦਗਾਰ 'ਤੇ ਜਾਣਾ ਔਖਾ ਆ, ਪਰ ਗੁਰੂ ਘਰ ਬਣਿਆ ਹੋਇਆ ਉਹ ਥੱਲੇ ਬਣਿਆ, ਥੱਲੇ ਤੱਕ ਜਾ ਸਕਦੇ ਪਰ ਉਹ ਵੀ ਸਿਕਿਉਰਿਟੀ ਦੇ ਨਾਲ, ਸਿਕਿਉਰਿਟੀ ਦੇ ਜਿਹੜਾ ਉੱਪਰ ਪਹਾੜੀ 'ਤੇ ਜਾਣਾ 43 ਕਿਲੋਮੀਟਰ, ਉਹਨੂੰ ਵੀ ਸਿਕਿਉਰ ਅਤੇ ਸਪੈਸ਼ਲ ਪਰਮਿਸ਼ਨ ਚਾਹੀਦੀ ਹੈ ਜੀ। ਸੋ ਜਿੱਦਾਂ ਤੁਸੀਂ ਇਹਦੇ 'ਚ ਦੱਸਿਆ ਕਿ ਸਾਰਾਗੜੀ ਦੀ ਲੜਾਈ ਦੀ ਜਿਹੜੀ ਫਿਲਮ ਕੇਸਰੀ ਬਣੀ ਆ, ਮੈਂ ਥੋੜ੍ਹਾ ਜਿਹਾ ਇਸ ਚੈਪਟਰ ਤੋਂ ਹਟ ਕੇ ਗੱਲ ਕਰਨੀ ਚਾਹੁੰਦਾ ਕਿ ਇਤਿਹਾਸ ਸਾਡਾ ਸਾਰਾਗੜੀ ਦਾ ਵੀ ਆ, ਚਮਕੌਰ ਦੀ ਗੜੀ ਦਾ ਵੀ ਆ। ਜਦੋਂ ਅਸੀਂ ਲੜਾਈਆਂ ਦੀ ਗੱਲ ਕਰਦੇ ਨਾ ਤਾਂ ਸਾਡੀ ਚਮਕੌਰ ਦੀ ਗੜੀ ਅਤੇ ਸਾਰਾਗੜੀ ਦਾ ਇਤਿਹਾਸ ਦੇਖੋ ਤਾਂ ਇੱਕੋ ਜਿਹਾ ਹੀ ਆ ਕਿ ਦੁਸ਼ਮਣ ਦੀ ਗਿਣਤੀ ਬਹੁਤ ਜ਼ਿਆਦਾ ਅਤੇ ਸਿੱਖਾਂ ਦੀ ਗਿਣਤੀ ਬਹੁਤ ਥੋੜ੍ਹੀ, ਲਿਮਿਟਡ ਹੈ ਨਾ। ਉਹੋ ਹੀ ਸਾਰਾ ਚਮਕੌਰ ਦੀ ਗੜੀ ਤੋਂ ਬਾਅਦ ਸਾਰਾਗੜੀ ਦੇ ਇਤਿਹਾਸ ਨੂੰ ਦੁਹਰਾਇਆ ਗਿਆ। ਹਾਂਜੀ, ਸਾਰਾਗੜੀ ਦੇ ਇਤਿਹਾਸ ਨੂੰ 1984 'ਚ ਵੀ ਦੁਹਰਾਇਆ ਗਿਆ ਜੀ, ਬਿਲਕੁਲ ਸੇਮ ਇਹਨਾਂ, ਅਗਰ ਕਿਉਂਕਿ ਸਾਕਾ ਹੀ ਹੈ ਨਾ, ਸਾਕਾ ਸਾਰਾਗੜੀ, ਸਾਕਾ ਚਮਕੌਰ ਸਾਹਿਬ ਅਤੇ ਸਾਕਾ ਨੀਲਾ ਤਾਰਾ ਜੀ। ਇਹ ਸਾਰੀਆਂ 'ਤੇ ਇੱਕ ਤਾਂ ਬਣ ਗਈ ਫਿਲਮ ਸਾਡੀ ਜਿਹੜੀ ਕੇਸਰੀ ਜੀ, ਬਹੁਤ ਸਾਰਾ ਸਾਡਾ ਇਤਿਹਾਸ ਆ ਜਿਹੜਾ, ਕਿਉਂਕਿ ਮੇਰਾ ਖੁਦ ਦਾ ਮਿਸ਼ਨ ਇਹ ਆ ਕਿ ਆਹ ਜੋ ਕਿਤਾਬਾਂ ਦੇ ਵਿੱਚ ਆ, ਆਉਣ ਵਾਲੀ ਜਨਰੇਸ਼ਨ ਦੇ ਵਾਸਤੇ ਇਹਨੂੰ ਸਕਰੀਨ 'ਤੇ ਆਉਣਾ ਇਹਦਾ ਜ਼ਰੂਰੀ ਆ ਜੀ, ਕਿਉਂਕਿ ਕਿਤਾਬਾਂ ਪੜ੍ਹਨ ਦਾ ਸ਼ੌਂਕ ਜਿਹੜਾ ਸਾਨੂੰ ਆ ਨਾ, ਸਾਡੀ ਸਿੱਖ ਕੌਮ ਨੂੰ, ਕਿਤਾਬਾਂ ਪਈਆਂ ਮੇਰੇ ਕੋਲੋਂ ਲਾਇਬ੍ਰੇਰੀ ਦੇ ਵਿੱਚ, ਢੇਰ ਲੱਗਾ ਪਿਆ ਪਰ ਮੇਰੇ ਕੋਲ ਇੱਕ ਘੰਟਾ ਨਹੀਂ ਹੁੰਦਾ ਕਿਤਾਬ ਪੜ੍ਹਨ ਨੂੰ, ਅਗਲੀ ਜਨਰੇਸ਼ਨ ਕੋਲੋਂ ਬਿਲਕੁਲ ਮੁੱਕ ਰਿਹਾ। ਇਹ ਕਿਤਾਬਾਂ ਵਾਲਾ ਇਤਿਹਾਸ ਅਗਰ ਅਸੀਂ ਨਹੀਂ ਅੱਜ ਦੇ ਮੀਡੀਆ ਦੇ ਵਿੱਚ ਲੈ ਕੇ ਆਉਂਦੇ ਤਾਂ ਫਿਰ ਕੀ ਇਹ ਇਤਿਹਾਸ ਨੂੰ ਅੱਗੇ ਸਾਂਭਣ ਵਾਲਾ ਕਿਸ ਤਰ੍ਹਾਂ ਸਾਂਭੇ ਜਾਊ, ਕਿਤਾਬਾਂ ਵਿੱਚ ਹੀ ਰਹੂਗਾ। ਮੈਂ ਇਹਦੇ ਮੇਰੇ ਅਸਲ ਵਿੱਚ ਮਕਸਦ ਮੇਰਾ ਇਸ ਜਿਹੜਾ ਕੁਐਸਚਨ ਦਾ ਹੋ ਰਿਹਾ ਕਿ ਤੁਸੀਂ ਵੀ ਆ ਪੰਜਾਬੀ 'ਚ ਲਿਖੀਆਂ ਹੋਈਆਂ ਕਿਤਾਬਾਂ, ਇਹ ਛੋਟੀ ਹੈਗੀ ਜੀ ਬੁੱਕਲੈਟ ਜੀ, ਜਿਹੜੀ ਓਰਿਜਿਨਲ ਕਿਤਾਬ ਉਹ 300 ਪੇਜ ਦੀ ਹੈ ਜੀ। ਮੇਰੀਆਂ ਕਿਤਾਬਾਂ ਸਾਰੀਆਂ ਤਕਰੀਬਨ 3 ਭਾਸ਼ਾਵਾਂ 'ਚ ਹੁੰਦੀਆਂ, ਪੰਜਾਬੀ, ਹਿੰਦੀ, ਇੰਗਲਿਸ਼। ਇਹ ਵੀ 3 in 1 ਹੈ, 1.25 ਲੱਖ ਅਸੀਂ ਛਪਾਈ ਸੀ, 125 ਸਾਲਾਂ ਤੋਂ ਸਪੈਸ਼ਲ ਜੀ, ਛੋਟਾ ਪੈਨਫਲਿੰਟ 50 ਪੇਜ ਦਾ ਹੈਗਾ। ਅਤੇ ਇਸੇ ਤਰ੍ਹਾਂ ਜਿੱਦਾਂ ਹੋਰ ਕਿਤਾਬਾਂ ਸਾਰਾਗੜੀ 'ਤੇ ਮੇਰੀਆਂ ਤਕਰੀਬਨ 5 ਕਿਤਾਬਾਂ ਆ ਚੁੱਕੀਆਂ ਹਨ, ਵੱਖਰੇ ਵੱਖਰੇ ਲੈਵਲਸ ਦੀਆਂ, ਕੌਫੀ ਟੇਬਲ ਬੁੱਕ ਵੀ ਆ ਚੁੱਕੀ ਹੈ ਜੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਚਮਕੌਰ ਦੀ ਗੜੀ 'ਚ, ਚਮਕੌਰ ਦੀ ਗੜੀ ਦਾ ਸਾਰਾਗੜੀ ਦਾ ਇੱਕ ਲਿੰਕ ਹੈਗਾ ਜੀ। ਉਦੋਂ ਤਕਰੀਬਨ ਔਰੰਗਜ਼ੇਬ ਦੀ 10 ਲੱਖ ਫੌਜ ਸੀ ਜੀ, ਉਸ ਜਗ੍ਹਾ 'ਤੇ ਨਹੀਂ ਸੀ ਇਕੱਠੀ ਕਿਉਂਕਿ ਉਹ ਪੂਰਾ ਉਹਦਾ ਰਾਜ ਕਾਬਲ ਤੋਂ ਬਿਲਕੁਲ ਫੈਲਿਆ ਅਤੇ ਉਸ ਸਮੇਂ ਉਹ ਦੱਖਣ ਚਾਰੇ ਪਾਸੇ ਸੀ, ਮਰਾਠਿਆਂ ਨਾਲ ਫੈਲ, ਹਾਂਜੀ ਜੀ, ਚਾਰੇ ਪਾਸੇ ਫੈਲੀ ਹੋਈ ਅਲੱਗ ਅਲੱਗ ਜਗ੍ਹਾ 'ਤੇ। ਅਤੇ ਇੱਥੇ ਲੱਖਾਂ ਦੇ ਹਿਸਾਬ ਨਾਲ ਲਾ ਲਓ ਤੁਸੀਂ, ਪਲੱਸ 22 ਧਾਰ ਦੇ ਰਾਜੇ ਸੀ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੇਲ੍ਹ ਤੋਂ ਛਡਾਇਆ, ਉਹ ਵੀ ਹਮਲਾ ਕਰਨ 'ਚ ਸ਼ਾਮਿਲ ਸਨ ਜੀ। ਅਤੇ ਬੜੀ ਵੱਡੀ ਗਿਣਤੀ ਜੀ, 40 ਸਿੱਖਾਂ ਦੇ ਸਾਹਮਣੇ ਇਹ ਗੱਲ ਸੀ, ਪਰ ਅਸਲ 'ਚ ਇਹਨਾਂ 'ਚ ਪਾਵਰ ਕਿੱਥੋਂ ਆਉਂਦੀ ਹੈ ਜੀ, 21 ਸਿੱਖਾਂ ਦੀ ਲੈ ਲਓ ਜਾਂ 40 ਸਿੱਖਾਂ ਦੀ ਲੈ ਲਓ, ਇਹਨਾਂ 'ਚ ਜਿਹੜੀ ਸਪਿਰਿਟ ਹੁੰਦੀ ਆ ਉਹ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਤੇਜ ਪ੍ਰਤਾਪ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਉਹ ਕਿੱਥੋਂ ਆਉਂਦਾ ਜੇ ਅਸੀਂ ਬਾਣੀ ਨਾਲ ਜੁੜੇ ਰਹਾਂਗੇ, ਅਤੇ ਪਹਿਲੀ ਸ਼ਰਤ ਇਹ ਆ ਸਾਬਤ ਸੂਰਤ, ਅਰਦਾਸ 'ਚ ਵੀ ਆਉਂਦਾ ਹੈ ਹਰ ਜਗ੍ਹਾ 'ਤੇ, ਇਹੀ ਲਫਜ਼ ਹੈਗਾ। ਹੁਣ ਗੁਰੂ ਨਾਨਕ ਸਾਹਿਬ ਨੂੰ ਮਰਦਾਨਾ ਜੀ ਮਿਲੇ ਸੀ, ਉਹਨਾਂ ਨੇ ਉਹਨਾਂ ਨੂੰ ਸਾਥੀ ਬਣਾਇਆ, ਨਾਲ ਚੱਲਣ ਲਈ ਲਿਆ, ਪਰ ਪਹਿਲੇ ਹੀ 3 ਸ਼ਰਤਾਂ ਕਹਿ ਦਿੱਤੀਆਂ ਮਰਦਾਨਾ ਜੀ, ਅੱਜ ਤੋਂ ਬਾਅਦ ਕੇਸ ਨਹੀਂ ਕਟਾਉਣੇ। ਪਹਿਲੀ ਸ਼ਰਤ ਹੈ ਸਿੱਖੀ ਜਾਣ ਵਾਸਤੇ, ਅਸੀਂ ਇਹ ਕਹਿ ਦਿੰਦੇ ਜੀ ਉਹ ਸਹਿਜਧਾਰੀ ਹੈ, ਗਲਤ ਆ ਵੀ ਅਸੀਂ ਸਿੱਖ ਧਰਮ 'ਚ ਪੈਦਾ ਹੋ ਗਏ ਅਸੀਂ ਕੇਸ ਕਟਾ ਲਈਏ, ਉਹ ਗਲਤ ਆ, ਟੋਟਲੀ ਗਲਤ ਆ। ਮੈਂ ਤਾਂ ਅਕਸਰ ਕਹਿੰਦਾ ਨਾ ਜੇ ਤੁਸੀਂ ਸਿੱਖ ਧਰਮ 'ਚ ਪੈਦਾ ਹੋ ਗਏ ਜੇ ਦਾੜੀ ਕੇਸ ਕਟਾ ਲਏ, ਆਪਣਾ ਨਾਮ ਚੇਂਜ ਕਰ ਲਓ, ਸਿੰਘ ਲਾਉਂਦਾ ਤੁਹਾਨੂੰ ਹੱਕ ਨਹੀਂ ਹੈਗਾ ਜੀ। ਅਤੇ ਇਹ ਪਹਿਲੀ ਸਪਿਰਿਟ ਤਾਕਤ ਹੈ।
ਉਹ 40 ਵਿੱਚ ਵੀ ਸੀ ਅਤੇ 21 ਸਿੱਖਾਂ ਦੇ ਵਿੱਚ ਵੀ ਉਸੇ ਸਪਿਰਿਟ ਨੇ ਕੰਮ ਕੀਤਾ, ਤਾਂ ਉਹਨਾਂ 'ਚ ਹੌਂਸਲਾ ਆਇਆ ਵੀ 10,000 ਨਾਲ ਲੜ ਸਕਣ ਜੀ। ਹਾਂਜੀ, ਇਹ ਮਰਦ ਦੀ ਤਾਕਤ ਹੈ, ਇਹੀ ਅਸਲੀ। ਸੋ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਪਿਆਰੇ ਦਰਸ਼ਕ ਅਤੇ ਸਰੋਤੇ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਆ, ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਇਸੇ ਸੈਗਮੈਂਟ ਨੂੰ ਥੋੜ੍ਹਾ ਹੋਰ ਅੱਗੇ ਵਧਾਵਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।